ਭਾਈ ਕੀ ਹਾਲ ਨੇ? ਠੀਕ ਠਾਕ ਸ਼ੁਕਰ ਅੱਲਾ। ਬਾਬਾ ਜੀ ਰਸ ਕੇ ਕੀ ਨਹੀਂ ਵੇਖਦੇ ਪਿਆ, ਕੰਮ ਘਰ ਹੀ ਕੋਈ ਨਹੀਂ ਚੱਲਦਾ ਪਿਆ। ਅੱਛਾ, ਕੋਈ ਕੰਮ ਸ਼ਾਮ ਅੱਲਾ ਤੋਬਾ ਕਰੋ, ਕੋਈ ਕੰਮ ਸਿੱਧਾ ਹੋ ਜਾਵੇ। ਮੈਂ ਤੈਨੂੰ ਤਵੀਜ਼ ਦੇਣਾ ਲੈ ਕੇ। ਅੱਛਾ ਜੀ, ਕੰਮ ਤੇਰਾ ਚੱਲੇਗਾ, ਠੀਕ ਹੋ ਗਿਆ ਜੀ। ਹਾਂ, ਇਹ ਵੀ ਕੰਮ ਆਇਆ, ਧੜਾ ਧੜ ਚੱਲਣਾ ਚਾਹੀਦਾ ਹੈ। ਯਾਰ ਧੜਾ ਧੜ ਚੱਲੇਗਾ। ਹਾਂਜੀ, ਤੇ ਤੁਹਾਡੀ ਅੱਲਾ ਖੈਰ ਕਰੇ, ਕੰਮ ਸ਼ਾਮ ਚੱਲ ਜਾਏਗਾ, ਤੁਹਾਡੀ ਖਿਦਮਤ ਕਰਾਂਗੇ, ਸੇਵਾ ਕਰਾਂਗੇ। ਠੀਕ ਹੋ ਗਿਆ। ਹਾਂ, ਨਾਲੇ ਫੂਕਾ ਸ਼ੂਕਾ ਵੀ ਲਾ ਦਿਓ। ਹੈਂ, ਠੀਕ। ਇਹਨੂੰ ਕੀ ਕਰਾਂ ਬਾਬਾ ਜੀ? ਇਹਨੂੰ ਤੂੰ ਵਜਨ ਥੱਲੇ ਦੇ ਦੇਣਾ। ਅੱਛਾ, ਹਾਂਜੀ, ਲਿੱਤਰ ਮਾਰ ਕੇ ਪੰਜ। ਅੱਛਾ, ਲਿੱਤਰ ਮਾਰ ਕੇ ਪੰਜ। ਐ ਮੋਰੇ ਜਾਂ ਜਿਹਨੇ ਸੁੱਟਦੇ ਆ? ਨਹੀਂ ਨਹੀਂ, ਹਾਂ ਜਿਹਨੇ ਸੁੱਟਣਾ। ਹਾਂ, ਵਜਨ ਥੱਲੇ ਰੱਖ ਦੇਣਾ। ਅੱਛਾ, ਵਜਨ ਥੱਲੇ ਰੱਖ ਦੇਣਾ, ਠੀਕ ਹੋ ਗਿਆ। ਫੂਕਾ ਸ਼ੂਕਾ ਐਵੇਂ ਦਾ ਮਾਰੋ ਵੀ ਸੋਵਾਂ, ਆਪਣੇ ਘਰ ਉੱਠਾਂ ਗਵਾਣੀਆਂ ਘਰ। ਨਹੀਂ ਨਹੀਂ, ਤੂੰ ਇੰਝ ਨਹੀਂ ਹੁੰਦਾ। ਅੱਛਾ, ਕੰਮ ਤੇਰਾ ਬੜਾ ਚੱਲ ਰਿਹਾ। ਇਹਨੂੰ ਛਿੱਤਰ ਮਾਰਨ ਦਾ ਮੁੜ ਕੇ ਮੈਨੂੰ ਪੈਂਦੇ ਹੋਣ? ਤੈਨੂੰ ਨਹੀਂ ਪੈਂਦੇ, ਪੈ ਤੇ ਮੈਨੂੰ ਪੈਣੇ ਨੇ, ਤੈਨੂੰ ਨਹੀਂ ਪੈਂਦੇ। ਅੱਛਾ, ਠੀਕ ਹੈ ਬਾਬਾ ਜੀ, ਫਿਰ ਇਜਾਜ਼ਤ ਨਾਲ ਸਾਹਮਣ ਲੈ ਤੂੰ। ਚਾਹ ਨਾ ਖਾ ਲਾ।